ਅੱਜ ਸ਼ਿਵ ਖੇੜਾ ਜੀ ਦੀ ਕਿਤਾਬ ਮੇਰੇ ਹੱਥ ਲੱਗੀ ਜਿਸ ਦਾ ਨਾਮ ਸੀ ਤੁਹਾਡੀ ਜਿੱਤ। ਉਸ ਦੀ ਇੱਕ ਕਹਾਣੀ ਅੱਜ ਦੇ ਹਾਲਾਤ ਨਾਲ ਬਹੁਤ ਢੁਕਵੀ ਹੈ। ਇੱਕ ਪਿੰਡ ਵਿੱਚ ਅਨਾਊਂਸਮੈਂਟ ਹੁੰਦੀ ਹੈ ਕਿ ਇੱਥੇ ਹੜ ਆ ਜਾਣਾ, ਜਿਹਨੇ ਜਾਨ ਬਚਾਉਣੀ ਹੈ ਉੱਚੀ ਥਾਂ ਤੇ ਚਲੇ ਜਾਓ। ਸਾਰੇ ਚਲੇ ਗਏ, ਇੱਕ ਬੰਦਾ ਪਾਠ ਪੂਜਾ ਕਰਨ ਵਾਲਾ ਸੀ, ਉਹ ਨਹੀਂ ਗਿਆ। ਉਸ ਨੂੰ ਸਮਝਾਉਣ ਲਈ ਪਿੰਡ ਦਾ ਸਰਪੰਚ, ਲੰਬੜਦਾਰ, ਚੌਕੀਦਾਰ ਉਹਦੇ ਘਰੇ ਗਏ ਕਿ ਭਰਾਵਾ ਜੀ ਜਾਨ ਬਚਾਉਣੀ ਆ, ਸਾਡੇ ਨਾਲ ਚੱਲ। ਉਹ ਕਹਿੰਦਾ ਮੇਰਾ ਰੱਬ ਮੈਨੂੰ ਸੰਕਟ ਦੀ ਘੜੀ ਚੋਂ ਆਪੇ ਬਚਾ ਲੂ, ਤੁਸੀਂ ਜਾਓ। ਉਹੀ ਗੱਲ ਹੋਈ, ਹੜ ਆਇਆ, ਬਹੁਤ ਸਾਰਾ ਨੁਕਸਾਨ ਹੋਇਆ, ਬੰਦਾ ਵੀ ਮਰ ਕੇ ਉੱਪਰ ਚਲਾ ਗਿਆ। ਜਾ ਕੇ ਰੱਬ ਨੂੰ ਲਾਭਾ ਦਿੱਤਾ ਕਿ ਮੈਂ ਤੇਰੀ ਇੰਨੀ ਭਗਤੀ ਕੀਤੀ, ਤੂੰ ਮੈਨੂੰ ਬਚਾਉਣ ਕਿਉਂ ਨਹੀਂ ਆਇਆ? ਰੱਬ ਉੱਤਰ ਦਿੰਦਾ ਕਿ ਭਰਾਵਾ ਤੈਨੂੰ ਬਚਾਉਣ ਲਈ ਕਦੇ ਮੈਂ ਸਰਪੰਚ ਦੇ ਰੂਪ 'ਚ ਆਇਆ, ਚੌਕੀਦਾਰ ਦੇ ਰੂਪ 'ਚ ਆਇਆ, ਨੰਬੜਦਾਰ ਦੇ ਰੂਪ 'ਚ ਆਇਆ, ਪਰ ਜੇ ਤੂੰ ਹੀ ਠਾਣੀ ਬੈਠਾ ਸੀ ਮੈਂ ਮਰਨਾ, ਫਿਰ ਮੈਂ ਕੀ ਕਰ ਸਕਦਾ ਸੀ? ਸੋ ਭਰਾਵੋ, ਸਾਡੀਆਂ ਸਰਕਾਰਾਂ ਨੇ, ਪ੍ਰਸ਼ਾਸਨ ਨੇ ਸਾਨੂੰ ਸਮਝਾਤਾ, ਆਗਾਹ ਕਰਤਾ, ਸੂਚਨਾ ਦੇਤੀ, ਹੁਣ ਅੱਗੋਂ ਸਾਡੀ ਸੋਚ ਕੀ ਕਹਿੰਦੀ ਹੈ, ਸਾਡੀ ਨੀਅਤ ਕੀ ਕਹਿੰਦੀ ਹੈ, ਡਿਪੈਂਡ ਇਹਦੇ 'ਤੇ ਕਰਤਾ। ਸੋ ਪਲੀਜ਼ ਸਟੇ ਐਟ ਹੋਮ, ਆਪਣਾ ਅਤੇ ਆਪਣੇ ਦੇਸ਼ ਦਾ।